ਅੰਮ੍ਰਿਤਸਰ ਪੁਲਿਸ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਇੱਕ ਨਿਵੇਕਲੀ ਪਹਿਲ ਕੀਤੀ ਹੈ। ਟ੍ਰੈਫਿਕ ਪੁਲਿਸ ਦੇ ਨਾਲ ਹੁਣ NCC ਦੇ ਕੈਡਿਟ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨਗੇ। ਟ੍ਰੈਫਿਕ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਹਨਾਂ NCC ਕੈਡਿਟਸ ਨੂੰ ਪਹਿਲਾਂ ਨਿਯਮ ਅਤੇ ਪ੍ਰਬੰਧ ਬਾਰੇ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਹੁਣ ਇਹ ਕੈਡਿਟ ਟ੍ਰੈਫਿਕ ਜਾਗਰੂਕਤਾ ਲਈ ਪੁਲਿਸ ਟੀਮ ਦਾ ਸਾਥ ਦੇਣਗੇ। ਉਹਨਾਂ ਕਿਹਾ ਕਿ ਆਮ ਲੋਕਾਂ ਦੇ ਬੱਚੇ ਹੀ ਜਦੋਂ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨਗੇ ਤਾਂ ਸਮਾਜ ਲਈ ਬਹੁਤ ਹੀ ਚੰਗਾ ਸੁਨੇਹਾ ਜਾਵੇਗਾ। ਇਸ ਤੋਂ ਇਲਾਵਾ ਜਿਹੜੇ NCC ਦੇ ਕੈਡਿਟਸ ਨੇ ਉਹਨਾਂ ਨੂੰ ਪਹਿਲਾਂ ਤਾਂ ਅਸੀਂ ਟ੍ਰੇਨਿੰਗ ਦਿੱਤੀ ਆ, ਟ੍ਰੈਫਿਕ ਬਾਰੇ ਟ੍ਰੇਨਿੰਗ ਦਿੱਤੀ ਆ ਕਿ ਟ੍ਰੈਫਿਕ ਨੂੰ ਮੈਨੇਜਮੈਂਟ ਕਿਵੇਂ ਕਰਨਾ। ਹੁਣ ਅਸੀਂ ਪ੍ਰੈਕਟੀਕਲ ਤੌਰ 'ਤੇ ਜਿਹੜੇ NCC ਦੇ ਕੈਡਿਟਸ ਨੇ ਉਹਨਾਂ ਨੂੰ ਚੌਂਕਾਂ ਦੇ ਵਿੱਚ ਖੜ੍ਹੇ ਕਰ ਰਹੇ ਹਾਂ ਤਾਂ ਜੋ ਪਬਲਿਕ ਨੂੰ ਅਵੇਅਰ ਕਰਨ, ਪਬਲਿਕ ਨੂੰ ਰੈੱਡ ਲਾਈਟ ਬਾਰੇ, ਜੈਬਰਾ ਕਰੋਸਿੰਗ ਬਾਰੇ, ਸੀਟ ਬੈਲਟ, ਹੈਲਮਟ ਬਾਰੇ ਅਵੇਅਰ ਕਰ ਰਹੇ ਨੇ। ਔਰ ਇੱਕ ਅਸੀਂ ਸਮਝਦੇ ਹਾਂ ਕਿ ਇੱਕ ਵਧੀਆ ਮੈਸੇਜ ਆ ਰਿਹਾ ਕਿ ਉਹਨਾਂ ਦੇ ਜਿਹੜੇ ਬੱਚੇ ਆ ਉਹ ਹੀ ਪਬਲਿਕ ਨੂੰ ਅਵੇਅਰ ਕਰ ਰਹੇ ਆ। ਇਹਦੇ ਨਾਲ ਉਮੀਦ ਆ ਕਿ ਟ੍ਰੈਫਿਕ ਦੀ ਜਿਹੜਾ ਸਿਸਟਮ ਜਿਹੜਾ ਵਾ ਉਹਦੇ 'ਚ ਕਾਫੀ ਸੁਧਾਰ ਆਏਗਾ। ਪੁਲਿਸ ਵਿਭਾਗ ਇਸ ਮੁਹਿੰਮ ਬਾਰੇ ਬਹੁਤ ਆਸਵੰਦ ਹੈ ਅਤੇ ਇਸ ਸ਼ਲਾਘਾਯੋਗ ਉਪਰਾਲੇ ਨਾਲ ਸੜਕੀ ਆਵਾਜਾਈ ਵਿਵਸਥਾ ਵਿੱਚ ਕਾਫੀ ਹੱਦ ਤੱਕ ਸੁਧਾਰ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ। ਬਿਊਰੋ ਰਿਪੋਰਟ, ਸਪੋਕਸਮੈਨ TV।